ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ ਅੱਜ ਦਾਸ ਸੰਤ ਮਹਾਂਪੁਰਖ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਉਹਨਾਂ ਦੀ ਚੱਲ ਰਹੀ ਲੜੀਵਾਰ ਪ੍ਰਸੰਗ ਕਥਾ ਦੇ ਤਹਿਤ ਉਹਨਾਂ ਜੀ ਜਿਹੜੀ ਅਗਲੀ ਕਥਾ ਵਿਚਾਰਾ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਜਦੋਂ ਮਹਾਂਪੁਰਖ ਬਾਬਾ ਹਰਨਾਮ ਸਿੰਘ ਹੁਣੀ 119 ਚੱਕ 'ਚ ਰਹਿੰਦੇ ਸੀਗੇ ਇਹਨਾਂ ਦਾ ਕੋਈ ਕਰੀਬੀ ਮਿੱਤਰ ਰਿਸ਼ਤੇਦਾਰ ਜਿਹੜਾ ਸੀਗਾ ਉਹ ਬਿਮਾਰ ਹੋਇਆ ਜਦ ਬੁਮਾਰ ਹੋਇਆ ਤੇ ਮਾਹਪੁਰਖ ਉਹਨੂੰ ਦੂਸਰੇ ਤੀਸਰੇ ਦਿਨ ਹਨਾ ਦੇਖਣੋਂ ਦੇ ਪਿੰਡ ਜਾਂਦੇ ਹੁੰਦੇ ਸੀ ਤੇ ਜਿਸ ਰਸਤੇ ਤੇ ਜਾਂਦੇ ਹੁੰਦੇ ਸੀ ਉੱਥੇ ਇੱਕ ਕਮਾਦ ਦਾ ਖੇਤ ਹੁੰਦਾ ਸੀ ਇਹ ਜਿਹੜਾ ਕਮਾਦ ਦਾ ਖੇਤ ਹੈਗਾ ਇਹ ਸਰਦਾਰ ਉੱਤਮ ਸਿੰਘ ਹੋਣਾ ਦਾ ਹੁੰਦਾ ਸੀ ਤੇ ਮਾਹਪੁਰਖ ਉਹ ਕਮਾਦ ਦੇ ਕੋਲੋਂ ਦੀ ਲੰਘ ਜਾਂਦੇ ਸੀ ਇੱਕ ਦਿਨ ਥੋੜੀ ਗਰਮੀ ਹੋਈ ਜਦ ਗਰਮੀ ਹੋਈ ਤੇ ਅੰਦਰ ਪਿਆਸ ਲੱਗੀ ਮਨ ਦੇ ਵਿੱਚ ਇੱਕ ਫੁਰਨਾ ਉੱਠਿਆ ਇੱਕ ਲਾਲਸਾ ਬਣੀ ਕਿ ਅੱਜ ਜਾਂਦੇ ਜਾਂਦੇ ਇਸ ਕਮਾਦ ਦੇ ਵਿੱਚੋਂ ਇੱਕ ਦੋ ਗੰਨੇ ਹਨਾ ਪਾਣ ਕੇ ਚੂਪ ਲੈਣਾ ਜਦ ਮਹਾਪੁਰਖਾਂ ਦੇ ਮਾਨੇ ਦੇ ਵਿੱਚੋਂ ਇਹ ਵਿਚਾਰ ਉਠੀ ਪਰ ਅਗਲੇ ਵਿਚਾਰ ਅਗਲੇ ਹੀ ਪੱਲ ਜਿਹੜੀ ਹਨ ਵਿਚਾਰ ਉਹ ਬਦਲ ਗਏ ਉਹ ਇਹ ਹੋਇਆ ਕਿ ਭਾਈ ਤੂੰ ਗੁਰਮੁਖ ਜਿਹੜਾ ਹੈਗਾ ਗੁਰੂ ਦਾ ਪਿਆਰਾ ਹੈ ਤੇ ਸਾਰੇ ਲੋਕ ਜਿਹੜਾ ਹਨ ਤੇਰਾ ਇੱਜ਼ਤ ਮਾਨ ਸਤਿਕਾਰ ਕਰਦੇ ਆ ਅਗਰ ਤੈਨੂੰ ਕਿਸੇ ਨੇ ਇਸ ਤਰ੍ਹਾਂ ਨਾ ਗੰਨੇ ਭੰਦਾ ਦੇਖ ਲਿਆ ਤਾਂ ਫੇਰ ਤੇਰਾ ਨਾਮ ਚੋਰਾਂ ਦੀ ਲਿਸਟ ਵਿੱਚ ਸ਼ਾਮਲ ਹੋ ਜਾਊਗਾ ਤੇ ਇਸ ਕਰਕੇ ਤੂੰ ਇਹ ਕੰਮ ਕਰਨ ਤੋਂ ਹਨ ਗਰੇਜ ਕਰ ਜਦ ਇਹਨੀ ਗੱਲ ਹੋਈ ਫਿਰ ਮਨ ਦਾ ਵਿਚਾਰ ਅੰਦਰੋਂ ਬਦਲਿਆ ਉਹ ਕੀ ਸੀਗਾ ਬੱਬਹਰ ਨਾਮ ਸੁਣਨੇ ਦੇ ਮਨ ਚ ਹੋਈ ਲੈ ਰੂਠੀ ਵੀ ਸਾਡੇ ਵੀ ਤਾਂ ਕੁਮਾਰ ਦੇ ਖੇਤਾਂ ਦੇ ਵਿੱਚੋਂ ਜਿਹੜੇ ਲੋੜਬੰਦ ਲੋਕੀਆਂ ਗੰਨੇ ਭਨ ਕੇ ਚੂਪ ਹੀ ਲੈਂਦੇ ਆ ਤੇ ਜੇ ਮੈਂ ਇੱਕ ਅਦਾ ਗੰਨਾ ਭਨ ਕੇ ਚੂਪ ਲਿਆ ਤਾਂ ਕਿਹੜਾ ਉਤਮ ਸਿੰਘ ਦਾ ਜਿਹੜਾ ਕਮਾਦ ਹੈ ਉਹਨੂੰ ਘਾਟਾ ਪੈ ਚੱਲਾ ਹੈਗਾ ਜਦ ਮਨ ਨੇ ਫੇਰ ਇਹ ਜਿਹੜੀ ਦਲੀਲ ਦਿੱਤੀ ਅੰਦਰੋਂ ਤੇ ਫਿਰ ਦੂਸਰੇ ਪਾਸੇ ਮਨ ਜਿਹੜਾ ਬਦਲ ਗਿਆ ਤੂੰ ਕਹਿਣ ਲੱਗਾ ਕਹਿੰਦਾ ਵੀ ਭਾਈ ਚੋਰੀ ਜਿਹੜੀ ਹੈਗੀ ਆ ਉਹ ਕੱਖ ਦੀ ਵੀ ਹੈ ਚਾਹੇ ਇੱਕ ਦੋ ਗੰਨੇ ਭੰਨੇ ਆ ਤੇ ਚਾਹੇ ਸਾਰਾ ਕੁਮਾਦ ਭੰਨ ਲਈਏ ਤੇ ਚੋਰੀ ਲੱਖ ਦੀ ਵੀ ਹੈਗੀ ਆ ਇਸ ਕਰਕੇ ਤੂੰ ਇਹ ਬਦਨਾਮੀ ਨਾ ਖੱਟੇ ਜੇ ਇਸ ਤਰ੍ਹਾਂ ਦੀ ਜਿਹੜੀ ਕਸ਼ਮ ਕਸ਼ਮ ਦੀ ਵਿਚਾਰ ਸੀ ਇੱਕ ਦੂਜੇ ਦੇ ਵਿਪਰੀਤ ਇਸ ਤਰ੍ਹਾਂ ਚੱਲ ਜਾਈ ਗਈ ਤੇ ਸੰਤ ਬਾਬਾ ਹਰਨਾਮ ਸਿੰਘ ਦੱਸ ਦੇ ਕਿੰディア ਸੀ ਹਨ ਸੱਦੈ ਉਸ ਕੁਮਾਦਲ ਨੂੰ ਜਾਈ ਜਾਈਏ ਜਦ ਜਿਉਂ-ਜਿਉਂ ਕੁਮਾਦ ਦੇ ਨੇੜੇ ਜਾਏ ਤੇ ਉਹ ਤੋ ਹਨਾ ਜਿਹੜੇ ਸੀ ਗੰਨੇ ਚ ਊਪਣ ਦੀ ਲਾਲਸਾ ਨੇ ਜ਼ੋਰ ਫੜ ਲਿਆ ਲਾਲਸਾ ਹੋਰ ਵੱਧ ਗਈ ਤੇ ਅੰਦਰੋਂ ਫੇ ਮਨ ਨੇ ਜੋਗਤੀ ਇਹ ਦਿੱਤੀ ਕਿ ਤੂੰ ਇਸ ਤਰ੍ਹਾਂ ਕਰ ਵੀ ਜਿਹਦਾ ਉੱਤਮ ਸੂਤ ਦਾ ਜਿਹਦਾ ਕਮਾਲ ਹੈ ਉਹਨੂੰ ਬਾਜ਼ ਮਾਰ ਉਹਨੂੰ ਬਾਜ਼ ਮਾਰ ਕੇ ਇਹ ਕਹਦੇ ਉੱਚੀ ਦੇਣੀ ਕਿ ਉੱਤਮ ਸਿਆ ਮੈਂ ਤੇਰੇ ਖੇਤ ਦੇ ਵਿੱਚ ਉਹਨਾ ਇੱਕ ਦੋ ਗੰਨੇ ਭਨ ਕੇ ਛੁੱਪਣ ਲੱਗਾ ਹੈਗਾ ਤੇ ਇਹਦੇ ਨਾਲ ਤੂੰ ਸੱਚਾ ਵੀ ਰਹੂਗਾ ਤੇ ਆਪਣੀ ਭੂਰਤੀ ਵੀ ਕਰ ਲਊਗਾ ਜਦ ਇੰਨੀ ਗੱਲ ਹੋਈ ਤੇ ਫਿਰ ਮਹਾਂਪੁਰ ਕਹਿੰਦੇ ਕਿੰਦੇ ਭਾਈ ਇਹ ਤਾਂ ਮੇਰਾ ਧੋਖਾ ਹੈ ਉੱਤਮ ਸੂ ਸਾਹਮਣੇ ਹੋਵੇ ਤਾਂ ਗੱਲ ਵੱਖਰੀ ਹੈਗੀ ਆ ਪਰ ਅਗਰ ਉਹ ਦੂਰ ਦਰਾਡੇ ਬੈਠਾ ਹੈਗਾ ਇਹ ਤਾਂ ਇੱਕ ਮਨ ਨੂੰ ਕਿਸੇ ਭਲੇਵੇਂ ਦਾ ਸੰਤੋਖ ਦੇਣ ਵਾਲੀ ਗੱਲ ਹੈ ਇਸ ਤਰ੍ਹਾਂ ਵੀ ਤੇਰੇ ਉੱਤੇ ਚੋਰੀ ਦਾ ਇਲਜ਼ਾਮ ਜਿਹੜਾ ਹਨਾ ਉਹ ਜ਼ਰੂਰ ਲੱਗੇਗਾ ਕਿਉਂ ਕਿਉਂਕਿ ਚੋਰੀ ਜਿਹੜੀ ਹਨਾ ਤਾਂ ਚੋਰੀ ਹੁੰਦੀ ਹੈ ਇਸ ਕਰਕੇ ਸਾਨੂੰ ਗੁਰਬਾਣੀ ਨੇ ਵੀ ਆਖਿਆ ਕਿ ਚੋਰ ਕੀ ਹਮੋਂ ਭਰੇ ਨਾ ਕੋਈ ਕਿ ਜਿਹੜਾ ਚੋਰ ਆ ਉਹਦੀ ਹਾਮੀ ਜਿਹੜੀ ਹਨਾ ਕੋਈ ਨਹੀਂ ਭਰਦਾ ਹੈ ਇਸ ਤਰ੍ਹਾਂ ਕਰਦੇ ਕਰਦੇ ਬੱਬਰ ਨਾਮ ਸੁਣੀ ਜਦੋਂ ਅੱਗੇ ਥੋੜਾ ਜਿਹਾ ਗਏ ਆ ਉਸ ਤੋਂ ਬਾਅਦ ਫਿਰ ਮਨ ਦੇ ਵਿੱਚ ਇਹ ਵਿਚਾਰ ਆਈ ਕਿ ਅਗਰ ਤਾਂ ਤੇਰੇ ਪਾਗਾਂ ਦੇ ਵਿੱਚ ਇਸ ਕਮਾਤ ਦੇ ਵਿੱਚ ਕੋਈ ਗੰਨਾ ਲਿਖਿਆ ਹੋਇਆ ਤੇਰੀ ਕਿਸਮਤ ਦੇ ਵਿੱਚ ਹੋਇਆ ਤੇ ਉਹ ਤੈਨੂੰ ਜਰੂਰ ਮਿਲ ਜਾਊਗਾ ਪਰ ਇਸ ਤਰ੍ਹਾਂ ਅਗਰ ਚੋਰੀ ਕੀਤੀ ਤੇ ਚੋਰੀ ਕੀਤਾ ਜਿਹੜਾ ਇਲਜ਼ਾਮ ਹਨ ਤੈਨੂੰ ਇਹਨੇ ਟਿਕਣ ਨਹੀਂ ਦੇਣਾ ਤੇ ਫਰਜ਼ ਕਰੋ ਅਗਰ ਤੂੰ ਗੰਨਾ ਭਨ ਵੀ ਲਿਆ ਹੈਗਾ ਗੰਨਾ ਭਨ ਕੇ ਚੁੱਪ ਲਿਆ ਹੈਗਾ ਤਾਂ ਫਿਰ ਉਸ ਤੋਂ ਬਾਅਦ ਚੁੱਪਣ ਤੋਂ ਬਾਅਦ ਉਹ ਰਸ ਨਹੀਂ ਆਉਣਾ ਹੈਗਾ ਜਿਹੜਾ ਰਸ ਤੈਨੂੰ ਜਿਹੜਾ ਹਨਾ ਨੇਕ ਨੀਰ ਤੇ ਇਮਾਨਦਾਰੀ ਵਿੱਚੋਂ ਪ੍ਰਾਪਤ ਹੋਣਾ ਹੈ ਮਹਾਂਪੁਰ ਖਦਾਸਦੇ ਇਸੇ ਹੀ ਵਿਚਾਰ ਦੇ ਵਿੱਚ ਅਸੀਂ ਹਨ ਕਮਾਦ ਦਾ ਆਧਾ ਖੇਤ ਲੰਘੇ ਜਦ ਲੰਗੇ ਦੇ ਤੇ ਕਮਾਦ ਦੇ ਵਿੱਚੋਂ ਥੋੜਾ ਖੜਕਾ ਹੋਇਆ ਕੀ ਦੇਖਿਆ ਕਿ ਵਕੇ ਉਹ ਜਿਹੜਾ ਕਮਾਦ ਦਾ ਮਾਲਕ ਸਰਦਾਰ ਉਤਮ ਸਿੰਘ ਜੀ ਹੱਥ ਦੇ ਵਿੱਚ ਆਗ ਫੜੀ ਹਨ ਬਾਹਰ ਨੂੰ ਨਿਕਲੇ ਤੇ ਮੈਨੂੰ ਕਹਿੰਦੇ ਦੇਖਦੇ ਸਾਰੀ ਹਨ ਫਤਿਹ ਬਲਾਈ ਮਹਾਂਪੁਰ ਕਹਿਣ ਲੱਗੇ ਜਦੋਂ ਫਤਿਹ ਬਲਾਈ ਕਹਿੰਦੇ ਅਸੀਂ ਦੇਖ ਕੇ ਹੈਰਾਨ ਹੋ ਗਏ ਤੇ ਮਾਨੀ ਮਨ ਸ਼ਰਮਿੰਦੇ ਵੀ ਹੋਏ ਕਿ ਉਤਮ ਸਿੰਘ ਤਾਂ ਕਮਾਦ ਦੇ ਵਿੱਚ ਹੀ ਸਗਾ ਕਿ ਅੱਜ ਇਹਨੇ ਅਗਰ ਇਹਨੇ ਸਾਨੂੰ ਹਨ ਗੰਨੇ ਭੰਦਾ ਦੇਖ ਲਿਆ ਤੇ ਸਾਡੀ ਇਹਦੇ ਵਿੱਚ ਬੜੀ ਬੇਇਜ਼ਤੀ ਹੋਣੀ ਸੀ ਪਰ ਕਹਿੰਦੇ ਮਹਾਪੁਰ ਕਹਿੰਦੇ ਸੋਚ ਹੀ ਰਹੇ ਸੀ ਕਿ ਉਤਮ ਸਿੰਘ ਆਪ ਹੀ ਬੋਲ ਪਿਆ ਉਹ ਕਹਿਣ ਲੱਗਾ ਕਿ ਕਈ ਦਿਨ ਹੋ ਗਏ ਆ ਇੱਥੋਂ ਦੀ ਕੋ ਰਾਹਗਰੀ ਲੰਘਦੇ ਹਨ ਸਾਡੇ ਕੁਮਾੜ ਦੇ ਗੰਨੇ ਭੰਨ ਕੇ ਚੂਪ ਦਿੰਦੇ ਤੇ ਆਗ ਜਿਹੜੇ ਹਨ ਵਿੱਚ ਸੜ ਦਿੰਦੇ ਆ ਤੇ ਉਤਮ ਸਿੰਘ ਨੇ ਜਿਹੜੇ ਦੋ ਆਗ ਹਰੇ ਸੀਗੇ ਕਹਿੰਦੇ ਉਹ ਵੀ ਕੱਢ ਕੇ ਮੇਰੇ ਦਿਖਾਲੇ ਵੀ ਆ ਜਿਹੜੇ ਆਗ ਹਨ ਇਹ ਕੱਲ ਦੇ ਤਾਜ਼ੇ ਹੀ ਆ ਤੇ ਕਹਿੰਦੇ ਮੈਂ ਦੋ ਤਿੰਨ ਦਿਨ ਹੋ ਗਏ ਇਸੇ ਕੁਮਾੜ ਦੀ ਬਚਾ ਕੇ ਜਿਹੜਾ ਵਹਿ ਜਾਂਦਾ ਤੇ ਮੈਂ ਦੂਰੋਂ ਦੇਖਦਾ ਰਹਿਂਦਾ ਕਿ ਅਗਰ ਕੋਈ ਕੁ ਮਾਰ ਦੇ ਗੰਨੇ ਭੰਨੇਗਾ ਤੇ ਮੈਂ ਉਹਨੂੰ ਰੰਗੇ ਹੱਥੀ ਫੜਾਂ ਪਰ ਕੋਈ ਵੀ ਬੰਦਾ ਮੇਰੇ ਹਨਾ ਹੱਥੀ ਨਹੀਂ ਜੜਿਆ ਜਾਂ ਤਾਂ ਉਤਮ ਸੂਨੇ ਇਹ ਗੱਲ ਕੀ ਤੇ ਮਹਾਂਪੁਰ ਕਹਿੰਦੇ ਵੀ ਅਸੀਂ ਚੁੱਪ ਕਰ ਗਏ ਤੇ ਮਾਨੀ ਵਿੱਚ ਹੈਰਾਨ ਹੋਏ ਕਿ ਅਗਰ ਅੱਜ ਅਸੀਂ ਹਨਾ ਗੰਨੇ ਭੰਨ ਲੈਂਦੇ ਤੇ ਸਾਰਾ ਇਹ ਜਿਹੜਾ ਗੰਨਿਆਂ ਦਾ ਇਲਜਾਮ ਭੰਨਣ ਦਾ ਸਾਡੇ ਸਿਰ ਤੇ ਮੜ ਦੇਣਾ ਸੀ ਉਤਮ ਸੂਨੇ ਤੇ ਨਾਲ ਇਹਦੇ ਨਾਲ ਸਾਡੀ ਬਦਨਾਮੀ ਬੜੀ ਹੋਣੀ ਸੀ ਕਿਉਂਕਿ ਉਤਮ ਸਿੰਘ ਇਹ ਗੱਲ ਜਿਹੜੀ ਸੀ ਉਹ ਹੋਰ ਬੰਦਿਆਂ ਨਾਲ ਕਰਨੀ ਸੀ ਤੇ ਸਾਰਿਆਂ ਨੇ ਇਹ ਕਰਨੀ ਸੀ ਕਿ ਵੀ ਲੱਗਦਾ ਤਾਂ ਹਰਨਾਮ ਸਿੰਘ ਗੁਰਮੁਖ ਸੁਭਾ ਦਾ ਬੰਦਾ ਹੈਗਾ ਛਿੱਟੇ ਕੱਪੜੇ ਪਾ ਕੇ ਰੱਖਦਾ ਸਾਰਾ ਇਹਦਾ ਸਤਕਾਰ ਹੈਗਾ ਪਰ ਇਹ ਚੋਰੀ ਕਰਨ ਦੇ ਵਿੱਚ ਵੀ ਮਾਰ ਹੈ ਤੇ ਦੂਸਰੀ ਗੱਲ ਇਹ ਸੀ ਬਾਹਪੁਰਖੇ ਦੇ ਦਿਮਾਗ 'ਚ ਆਈ ਕਿ ਅਗਰ ਮੈਂ ਇਹਨਾਂ ਨੂੰ ਬਾਜ ਉੱਚੀ ਮਾਰ ਕੇ ਮਨ ਦੀ ਯੋਗਤ ਦੇ ਅਨੁਸਾਰ ਗੱਨਾ ਪਾ ਲੈਂਦਾ ਤਾਂ ਫਿਰ ਉਤਮ ਸਿੰਘ ਹੈ ਘਣਾ ਸੇਗਾ ਕਿ ਦੇਖੋ ਇਹ ਕਿੰਨਾ ਯੋਗਤੀ ਆ ਆਵਾਜ਼ ਮਾਰ ਕੇ ਚੋਰੀ ਹੋ ਕੇ ਨਾ ਗੰਨੇ ਬੰਨਦਾ ਹੈਗਾ ਪਰ ਅੱਜ ਵਾਹਿਗੁਰੂ ਜੀ ਨੇ ਹੈਨਾ ਮੈਨੂੰ ਰੱਖ ਲਿਆ ਹੈਗਾ ਮੇਰੀ ਪਤ ਨੂੰ ਰੱਖ ਲਿਆ ਹੈਗਾ ਜਦ ਇਸ ਤਰ੍ਹਾਂ ਦੀ ਵਿਚਾਰ ਹੋਈ ਤਾਂ ਫੇਰ ਹੈਨਾ ਉਤਮ ਸਿੰਘ ਜਿਹੜਾ ਆਪ ਹੀ ਬੋਲ ਪਿਆ ਕਹਿਣ ਲੱਗੇ ਹਰਨਾਮ ਸਿੰਘ ਕਿ ਚੰਗਾ ਹੋ ਗਿਆ ਤੂੰ ਅੱਜ ਸਾਨੂੰ ਹੈਨਾ ਮਿਲ ਗਿਆ ਹੈਗਾ ਅਸੀਂ ਤੇਰੇ ਦਰਸ਼ਨ ਕਰਕੇ ਬੜੇ ਖੁਸ਼ ਹੋਏ ਬੜੇ ਨਿਹਾਲ ਹੋਏ ਆ ਤੇ ਮੇਰੇ ਮਨ ਦੇ ਵਿੱਚ ਹੈ ਨਾ ਗੁਰਮਤਿ ਦੇ ਕੁਝ ਸ਼ੰਕੇ ਹੈਗੇ ਤੇ ਮੈਂ ਤੇਰੇ ਨਾਲ ਬੈਠ ਕੇ ਨਾ ਨਿਵਰਤ ਕਰ ਲੈਣਾ ਚਾਹੁੰਦਾ ਹੈਗਾ ਇਸ ਤਰ੍ਹਾਂ ਆਪਾਂ ਕਰੀਏ ਕੀ ਆ ਸਾਹਮਣੇ ਜਿਹੜੀ ਟਾਲੀ ਹੈਗੀ ਸੰਗਣੀ ਛਾਂ ਹੈਗੀ ਤੂੰ ਇਸ ਟਾਲੀ 'ਚ ਬੈਠ ਤੇ ਮੈਂ ਤੇਰੇ ਵਾਸਤੇ ਦੋ ਚਾਰ ਗੰਨੇ ਸੋਨੇ-ਸੋਹਣੇ ਨਾ ਕੁਮਾਰ ਦੇ ਵਿੱਚੋਂ ਵੱਢ ਕੇ ਲਿਆਉਂਦਾ ਤੇ ਨਾਲੇ ਤੂੰ ਗੰਨੇ ਚੁੱਪੀ ਤਾਂ ਨਾਲੇ ਹਨਾ ਮੇਰੇ ਸਵਾਲਾਂ ਦੇ ਜਿਹੜੇ ਹਨਾ ਜਵਾਬ ਦੇਵੇਂ ਜਦ ਇਹਨੀ ਗੱਲ ਹੋਈ ਤੇ ਮਾ ਬੋਰ ਕਹਿੰਦੇ ਅਸੀਂ ਮਨ-ਮਨ ਸ਼ਰਮਿੰਦੇ ਤਾਂ ਸੀਗੇ ਕਿ ਅਗਰ ਅਸੀਂ ਇਹ ਗਲਤੀ ਕਰ ਜਾਂਦੇ ਤੇ ਸਾਨੂੰ ਬਦਨਾਮੀ ਬਹੁਤ ਹੋਣੀ ਸੀ ਇਸ ਕਰਕੇ ਕਹਿੰਦੇ ਅਸੀਂ ਉਤਮ ਸਿੰਘ ਨੂੰ ਗੱਲ ਇਹ ਕਹਤੇ ਕਿ ਮੈਨੂੰ ਜਿਹੜਾ ਹੈਗਾ ਇੱਕ ਸੱਜਣ ਬਿਮਾਰ ਹੈ ਉਹਨੂੰ ਦੇਖਣ ਵਾਸਤੇ ਜਾਣਾ ਪੈਣਾ ਇਸ ਕਰਕੇ ਮੈਨੂੰ ਕਾਲੀ ਆ ਪਰ ਕਹਿੰਦੇ ਉੱਤਮ ਸਿੰਘ ਨੇ ਜ਼ਿਆਦਾ ਜੋਰ ਦਿੱਤਾ ਉਹਦਾ ਪ੍ਰੇਮ ਦੇਖ ਕੇ ਕਹਿੰਦੇ ਫੇ ਅਸੀਂ ਆਪਣ ਆਪਣੀ ਰੋਕ ਨਹੀਂ ਸਕੇ ਤੇ ਅਸੀਂ ਹਨਾ ਫੇ ਹਸਟਾਲੀ ਦੇ ਥੱਲੇ ਬਹਿ ਗਏ ਉੱਤਮ ਸਿੰਘ ਕਹਿੰਦੇ ਅੰਦਰ ਗਿਆ ਖੇਤਾਂ 'ਚ ਵਧੀਆ 4-5 ਗੰਨੇ ਤੋੜ ਕੇ ਲਿਆਇਆ ਤੇ ਲਿਆ ਕੇ ਕਹਿੰਦੇ ਸਾਨੂੰ ਚੁੱਪਣ ਵਾਸਤੇ ਦਿੱਤੇ ਜਦੋਂ ਕਹਿੰਦੇ ਚੁੱਪਣ ਵਾਸਤੇ ਦਿੱਤੇ ਤਾਂ ਮਨ ਵਿੱਚ ਅਸੀਂ ਹਨਾ ਉਸ ਅਕਾਲ ਪੁਰਖ ਦਾ ਸ਼ੁਕਰੀਆ ਕੀਤਾ ਕਿ ਅੱਜ ਅਗਰ ਮੈਂ ਮਨ ਦੀ ਗੱਲ ਨੂੰ ਮੰਨ ਲੈਂਦਾ ਨਾ ਤੇ ਇਹ ਜਿਹੜਾ ਚੋਰੀ ਦਾ ਕਲੰਕ ਸੀ ਮੇਰੇ ਉੱਤੇ ਸਦਾ ਵਾਸਤੇ ਜਿਹੜਾ ਸੀ ਉਹ ਮੜੇ ਆ ਜਾਣਾ ਸੀਗਾ ਇਸ ਕਰਕੇ ਮਹਾਂਪੁਰਖ ਨੇ ਉੱਥੇ ਬੈਠੇ ਕਹਿੰਦੇ ਅਸੀਂ ਪ੍ਰਤੀਗਿਆ ਕੀਤੀ ਕਿ ਅੱਜ ਤੋਂ ਬਾਅਦ ਮਨ ਦਾ ਕਦੀ ਵਸਾ ਨਹੀਂ ਕਰਨਾ ਹੈਗਾ ਕਿਉਂ ਕਿ ਕਿਉਂਕਿ ਜਿਵੇਂ ਗੁਰਬਾਣੀ ਦਾ ਫਰਮਾਨ ਹੈ ਨ ਕਬੀਰ ਮਨ ਜਾਣਤ ਹੀ ਸਭ ਬਾਤ ਜਾਣਤ ਹੀ ਓਗਣ ਕਰੇ ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਬੜੇ ਪਰ ਕਹਿੰਦੇ ਅਗਰ ਫੇ ਸਾਨੂੰ ਇਹ ਤੋਂ ਬਾਅਦ ਇਹ ਵੀ ਜਿਹੜੀ ਹੈ ਨਾ ਕਹਿੰਦੇ ਇਸ ਗੱਲ ਤੋਂ ਫੇ ਸਿੱਖਿਆ ਮਿਲੀ ਆ ਕਿ ਅਗਰ ਮਨ ਜਿਹੜੀ ਦੀ ਨੀਅਤ ਦੇ ਵਿੱਚ ਜ਼ਿਆਦਾ ਪ੍ਰਭਾਵ ਪੈ ਜਾਵੇ ਮਨ ਖੋਟੀ ਮਤ ਨੂੰ ਜ਼ਿਆਦਾ ਭਜੇ ਤੇ ਸਰੀਰ ਤੋਂ ਕੰਮ ਕਾਲੀ ਜ਼ਿਆਦਾ ਜ਼ੋਰ ਪਾਵੇ ਹਨ ਤੇ ਫਿਰ ਕਿੰਦੇ ਇਹ ਜਿਹੜਾ ਗੁਰਬਾਣੀ ਦਾ ਫਰਮਾਨ ਹੈਗਾ ਇਹਨੇ ਸਾਨੂੰ ਆਪਣੇ ਉੱਤੇ ਜਿਹੜਾ ਹੈਗਾ ਇਸ ਨੂੰ ਲਾਗੂ ਕਰਨਾ ਚਾਹੀਦਾ ਕਿ ਕਟਕਟ ਮਨ ਕਸਬੱਟੀ ਲਾਵੇ ਕਟਕਟ ਮਨ ਕਸਬੱਟੀ ਲਾਵੇ ਸੋ ਕੂਟਨ ਮੁਕਤ ਹੋ ਪਾਵੇ ਕਿੰਦੇ ਇਸ ਨੂੰ ਕਟਕਟ ਕੇ ਕਸਬੱਟੀ ਤੇ ਲਾਇਆ ਜਾਵੇ ਤੇ ਇਹਨੂੰ ਕਟਣ ਦੇ ਨਾਲ ਹਨਾ ਫਿਰ ਮਨ ਜਿਹੜਾ ਹੈਗਾ ਇਹਨੂੰ ਮੁਕਤੀ ਮਿਲ ਜਾਂਦੀ ਭਾਵ ਕਿ ਸਿੱਧੇ ਰਸਤੇ ਹੋ ਜਾਂਦਾ ਸੋ ਇਹ ਜਿਹੜੀ ਹੈ ਨਾ ਮਹਾਂਪੁਰਖਾਂ ਨੇ ਜਿਹੜੀ ਵਿਚਾਰ ਸੀ ਆਪਣੇ ਇਹ ਆਪਣੇ ਖਾਸ ਪ੍ਰੇਮੀਆਂ ਦੇ ਨਾਲ ਫਿਰ ਸਾਂਝੀ ਕੀਤੀ ਸੀ ਇਤੋਂ ਪਾਵੇ ਹੈਗਾ ਕਿ ਸਾਨੂੰ ਮਨ ਜਦੋਂ ਵੀ ਸਾਨੂੰ ਕਰਾਹੇ ਆਪਣੇ ਆਪ ਨੂੰ ਪਾਵੇ ਤੇ ਉਸ ਟਾਈਮ ਹਨ ਗੁਰੂ ਦੇ ਸ਼ਬਦ ਦੇ ਨਾਲ ਇਸ ਨੂੰ ਹਨ ਮਾਰ-ਮਾਰ ਕੇ ਸਿੱਧੇ ਰਾਹ ਤੇ ਪਾਉਣਾ ਚਾਹੀਦਾ ਜਿਵੇਂ ਗੁਰਬਾਣੀ ਦਾ ਫਰਮਾਨ ਹੈ ਕਬੀਰ ਮਨ ਕੁੰਚਰ ਮਨ ਕੁੰਚਰ ਪੀਲਕ ਗੁਰੂ ਗਿਆਨ ਕੰਡਾ ਜੈ ਖਿंचे ਤੈ ਜਾਏ ਨਾਨਕ ਕੰਡੇ ਵਾਰਾ ਫਿਰ ਫਿਰ ਉਜੜ ਪਾਏ ਸੋ ਦੂਸਰੀ ਜਿਹੜੀ ਮਹਾਂਪੁਰਖਾਂ ਦੇ ਦਰਸ਼ਨ ਦੇ ਵਿਚਾਰ ਹੋ ਆ ਕਿ ਇੱਕ ਭਾਈ ਹਨਾ ਬਦਾਵਾ ਸਿੰਘ ਸੀਗੇ ਇਹ ਮਹਾਂਪੁਰਖਾਂ ਦੇ ਸੰਗਤ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਉਹ ਲਾਹੌਰ ਰਹਿੰਦੇ ਸੀ ਇੱਕ ਵਾਰੀ ਬਾਬਾ ਹਰਨਾਮ ਸਿੰਘ ਹੁਣ ਇੱਕ ਸਰਬੋਧ ਦੇ ਆਏ ਉਹਨਾਂ ਨੇ ਬੇਨਤੀ ਕੀਤੀ ਕਿ ਤੁਸੀਂ ਹਨਾ ਸਾਡੇ ਘਰ ਦੇ ਵਿੱਚ ਕੁਝ ਦਿਨ ਵਾਸਤੇ ਹਨਾ ਜ਼ਰੂਰ ਰਹੋ ਪਰ ਮਹਾਂਪੁਰਖਾਂ ਦੇ ਨਾਂ ਕਰਨਤੇ ਉੱਤੇ ਵੀ ਹਨਾ ਉਹਦੀ ਬੇਨਤੀ ਨੂੰ ਬਾਬਾ ਹਰਨਾਮ ਸਿੰਘ ਨੇ ਠਕਰਾਇਆ ਨਹੀਂ ਤੇ ਉਹਦੇ ਨਾਲ ਹਨਾ ਭਾਈ ਬਦਾਵਾ ਸਿੰਘ ਉਹਨਾਂ ਦੇ ਨਾਲ ਲਾਹੌਰ ਚਲੇ ਗਏ ਜਦ ਲਾਹੌਰ ਉਹਨਾਂ ਦੇ ਘਰ ਪਹੁੰਚੇ ਉਹਨਾਂ ਨੇ ਇੱਕ ਵੱਖਰਾ ਕਮਰਾ ਸੈਸ ਜਿਹੜਾ ਸੀ ਉਹ ਬਾਬਾ ਨਾਮ ਸੋਹਣਾ ਨੂੰ ਦਿੱਤਾ ਤੇ ਦੂਸਰੇ ਕਮਰੇ ਵਿੱਚ ਧੰਗੁਰ ਗੁਰਗ੍ਰੰਥ ਸਾਹਿਬ ਮਹਾਰਾਜ ਉਹਨਾਂ ਨੇ ਪ੍ਰਕਾਸ਼ ਵੀ ਕੀਤਾ ਹੋਇਆ ਸੀ ਭਾਈ ਬਦਾਵਾ ਸਿੰਘ ਉਹਨਾਂ ਨੇ ਮਾ ਪਰਖਾ ਨੇ ਫੇ ਉਸੇ ਕਮਰੇ ਦੇ ਵਿੱਚ ਆਪਣਾ ਜਿਹੜਾ ਭਜਨ ਸਿਮਰਨ ਕਰਨਾ ਅੰਮ੍ਰਿਤ ਵੇਲੇ ਉੱਠਣਾ ਪੰਜ ਬਾਣੀਆਂ ਜੜੀਆਂ ਉਹ ਪੜ੍ਹਣੀਆਂ ਸਾਰੀ ਰਾਤ ਭਜਨ ਸਿਮਰਦੇ ਬੈਠੇ ਰਹਿਣਾ ਸ਼ਾਮ ਨੂੰ ਰਹਿ ਰਸ ਕਰਨੇ ਫਿਰ ਧੰਗੁਰ ਗੁਰਗ੍ਰੰਥ ਸਾਹਿਬ ਮਹਾਰਾਜ ਦੇ ਸਵੇਰੇ ਉੱਠ ਕੇ ਦਰਸ਼ਨ ਕਰਨੇ ਫਿਰ ਉਹਨਾਂ ਦੇ ਪ੍ਰਵਾਦ ਦੇ ਨਾਲ ਜੜੀਆਂ ਵਿਚਾਰਾਂ ਵੀ ਗੁਰਬਾਣੀ ਦੀਆਂ ਕਰਨੀਆਂ ਇਸ ਤਰ੍ਹਾਂ ਇਹ ਜਿਹੜਾ ਸਮਾਜਿਕ ਬੜਾ ਸੁਹਾਵਣਾ ਲੰਘਿਆ ਉਹਨਾਂ ਟਾਈਮਾਂ ਦੇ ਵਿੱਚ ਇੱਕ ਦਿਨ ਬਾਬਾ ਹਰਨਾਮ ਸਿੰਘ ਉਹਨਾਂ ਦੇ ਮਨ ਦੇ ਵਿੱਚ ਆਇਆ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਧੰਨ ਗੁਰੂ ਕਲਗੀਧਰ ਪਿਤਾ ਨੇ ਗੁਰਗੱਤ ਦੀ ਬਖਸ਼ੀ ਆ ਉਸ ਟਾਈਮ ਜਿਹੜੇ ਇਹ ਬਚਨ ਕਹੇ ਆ ਕਿ ਗੁਰੂ ਗ੍ਰੰਥ ਜੀ ਮਾਨਯੋ ਪ੍ਰਗਟ ਗੁਰਾਂ ਕੀ ਦੇਹ ਕਿ ਧੰਨ ਗੁਰੂ ਗ੍ਰੰਥ ਸਾਹਿਬ ਜਿਹੜਾ ਹੈ ਨਾ ਦਸਾਂ ਪਾਸ਼ੇ ਮਰਦ ਦਾ ਸਰੂਪ ਹੈ ਲੇਕਿਨ ਮੇਰੇ ਪਾਸ ਇਸ ਤਰ੍ਹਾਂ ਦਾ ਕੋਈ ਪ੍ਰਮਾਣ ਨਹੀਂ ਆ ਕਿ ਜਿਹਦੇ ਨਾਲ ਮੈਨੂੰ ਇਹ ਪਤਾ ਲੱਗੇ ਕਿ ਵਾਕਈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਸਾਂ ਪਾਤਸ਼ਾਹਾਂ ਦਾ ਸਰੂਪ ਹੈ ਜਦ ਇਸ ਤਰ੍ਹਾਂ ਧੰਨ ਗੁਰੂ ਗ੍ਰੰਥ ਸਾਹਿਬ ਦੇ ਕਮਰੇ ਦੇ ਵਿੱਚ ਖੜਿਆ ਖੜਿਆ ਇੱਕ ਮਨ ਦੇ ਅੰਦਰ ਹਨਾ ਫੁਰਨਾ ਉੱਠਿਆ ਲਿਆ ਰੋਟੀ ਬਾਬਾ ਜੀ ਦੱਸਦੇ ਸੀ ਕਹਿੰਦੇ ਕਿ ਮੈਂ ਹਨਾ ਅਰਦਾਸ ਕਰਕੇ ਮੱਥਾ ਟੇਕ ਕੇ ਬੈਠ ਗਿਆ ਤੇ ਧੰਨ ਗੁਰੂ ਗ੍ਰੰਥ ਸਾਹਿਬ ਵਾਲੇ ਜਿਹੜੇ ਸੀ ਟਿਕ ਟਿਕੀ ਲੱਗ ਕੇ ਦੇਖਣ ਲੱਗ ਪਿਆ ਜਾ ਦੇਖਣ ਦੇ ਦੇਖਿਆ ਮੈਂ ਕੀ ਦੇਖਿਆ ਧੰਗੁਰ ਗੁਰਮੁਖ ਸਾਹਿਬ ਦੇ ਵਿੱਚੋਂ ਜਿਹੜਾ ਹਨ ਪ੍ਰਕਾਸ਼ ਨਿਕਲਿਆ ਤਾਂ ਸਾਰਾ ਕਮਰਾ ਜਿਹੜਾ ਸੀ ਨੂਰ ਦੇ ਨਾਲ ਪਰ ਗਿਆ ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ ਕਿੰਨੇ ਇਸ ਤਰ੍ਹਾਂ ਅਸੀਂ ਬੈਠੇ ਸੀਗੇ ਫਿਰ ਅਸੀਂ ਕੀ ਦੇਖਿਆ ਕਿ ਪ੍ਰਤਾਖੋ ਜਿਹੜਾ ਨੂਰ ਸੀਗਾ ਉਹ ਦਸਾਂ ਪਾਸ਼ਿਆਂ ਦੇ ਰੂਪ ਸਰੂਪ ਦੇ ਵਿੱਚ ਬਦਲ ਗਿਆ ਜੈਸੇ ਕੀ ਦੇਖਿਆ ਕਿ ਧੰਗੁਰ ਗੁਰਮੁਖ ਸਾਹਿਬ ਦੀ ਜਗ੍ਹਾ ਦੇ ਉੱਤੇ ਦਸੇ ਪਾਸ਼ੇ ਜਿਹੜੀਆਂ ਖੜੀਆਂ ਆ ਉਸ ਤੋਂ ਬਾਅਦ ਕਹਿੰਦੇ ਉਹ ਨੂਰ ਜਿਹੜਾ ਦਸਾਂ ਪਾਛੇ ਦਾ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਸੀ ਉਹ ਚਲਾ ਗਿਆ ਤੇ ਫਿਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਤੱਖ ਜਿਹੜੇ ਸੀ ਜਿਸ ਤਰ੍ਹਾਂ ਪਹਿਲੀ ਖਾਲਸਾ ਉਸੇ ਤਰ੍ਹਾਂ ਫਿਰ ਦਰਸ਼ਨ ਦਿੱਤੇ ਫਿਰ ਕਹਿੰਦੇ ਅਗਲੀ ਵਾਰ ਕੀ ਹੋਇਆ ਕਿ ਫਿਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚੋਂ ਪ੍ਰਕਾਸ਼ ਨਿਕਲਿਆ ਤਾਂ ਨਿਕਲ ਕੇ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਹਿੰਦੇ ਸਾਨੂੰ ਪ੍ਰਤੱਖ ਦਰਸ਼ਨ ਦਿੱਤੇ ਜਾ ਦਰਸ਼ਨ ਦਿੱਤੇ ਫਿਰ ਉਹ ਜਿਹੜਾ ਨੂਰ ਸੀਗਾ ਫਿਰ ਧੰਨ ਗੁਰਗ੍ਰੰਥ ਸਾਹਿਬ ਤੇ ਚਲੇ ਗਿਆ ਫਿਰ ਧੰਨ ਗੁਰ ਅੰਗਦ ਸਾਹਿਬ ਮਹਾਰਾਜ ਦਾ ਪ੍ਰਕਾਸ਼ ਜਿਹੜਾ ਹੈ ਧੰਨ ਗੁਰਗ੍ਰੰਥ ਸਾਹਿਬ ਵਿੱਚੋਂ ਵਾਰ ਹੋਇਆ ਉਸ ਤੋਂ ਬਾਅਦ ਉਹਨੇ ਦਰਸ਼ਨ ਦਿੱਤੇ ਤੇ ਫਿਰ ਉਹ ਇਸੇ ਹੀ ਪ੍ਰਕਾਸ਼ ਦੇ ਵਿੱਚ ਧੰਨ ਗੁਰਗ੍ਰੰਥ ਸਾਹਿਬ ਦੇ ਵਿੱਚ ਸਮਾਈ ਹੋ ਗਏ ਫਿਰ ਇਸੇ ਤਰ੍ਹਾਂ ਧੰਨ ਗੁਰੂ ਅਮਰਦਾਸ ਮਹਾਰਾਜ ਧੰਨ ਗੁਰੂ ਰਾਮਦਾਸ ਮਹਾਰਾਜ ਧੰਨ ਗੁਰੂ ਅਰਜਨ ਦੇਵ ਜੀ ਦਸਾਂ ਪਾਤਸ਼ਾਹ ਨੇ ਇਸ ਤਰ੍ਹਾਂ ਫਿਰ ਵਾਰੀ-ਵਾਰੀ ਦਰਸ਼ਨ ਦਿੱਤੇ ਮਹਾਂਪੁਰਖ ਦੱਸਦੇ ਸੀ ਕਿ ਇਹ ਜਿਹੜੀ ਘਟਨਾ ਸੀ ਹਨਾ ਲਾਹੌਰ ਦੇ ਵਿੱਚ ਭਾਈ ਬਦਾਵਾ ਸਿੰਘ ਦੇ ਘਰ ਦੇ ਵਿੱਚ ਹੋਈ ਆ ਤੇ ਇਹ ਘਟਨਾ ਜਿਹੜੀ ਕਹਿੰਦੇ ਸਾਡੇ ਨਾਲ ਤਿੰਨ ਵਾਰ ਹੋਈ ਆ ਜਰ ਤਿੰਨ ਵਾਰ ਹੋਈਏ ਤਾਂ ਸਾਡੇ ਮਨ ਦੇ ਸਾਰੇ ਸ਼ੰਕੇ ਜਿਹੜੇ ਨਿਵਰਤ ਹੋ ਗਏ ਵੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਸਾਂ ਪਾਤਸ਼ਾਹਾਂ ਦਾ ਪ੍ਰਤੱਖ ਸਰੂਪ ਹੈ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜੋ ਕੌਤਕ ਇਹ ਸਾਡੇ ਅੱਖਾਂ ਦੇ ਸਾਹਮਣੇ ਵਰਤਿਆ ਸੀਗਾ ਉਹ ਮਹਾਰਾਜ ਨੇ ਆਪਣੀ ਕਿਰਪਾ ਕਰਕੇ ਮੇਰੇ ਮਨ ਦੇ ਸ਼ੰਕੇ ਨੂੰ ਨਿਵਰਤ ਕਰਨ ਵਾਸਤੇ ਜਿਹੜਾ ਸੀਗਾ ਇਹ ਕੌਤਕ ਜਿਹੜਾ ਸੀ ਕਹਿੰਦੇ ਸਾਡੇ ਸਾਹਮਣੇ ਕੀਤਾ ਸੀਗਾ ਉਸ ਤੋਂ ਬਾਅਦ ਫੇਕੰਦੇ ਸਾਨੂੰ ਪਤਾ ਲੱਗ ਗਿਆ ਕਿ ਬਾਹੂ ਬਾਹੂ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰਨਾ ਕੋਈ ਕਿ ਉਹਦੇ ਬਰਾਬਰ ਇਹਨਾਂ ਦਾ ਦੂਸਰਾ ਕੋਈ ਨਹੀਂ ਕਿਉਂ ਕਿਉਂਕਿ ਕਹਿੰਦੇ ਸਾਡੇ ਵਿੱਚ ਇੱਕ ਮਨ 'ਚ ਸ਼ੰਕਾ ਹੈਗੀ ਐ ਵੀ ਜਿਹੜੇ ਦਸੇ ਗੁਰੂ ਆ ਹਨ ਉਹ ਅਲੱਗ-ਅਲੱਗ ਹੈ ਪਰ ਜਦੋਂ ਕਿੰਨੇ ਸੀ ਸਰੂਪ ਦੇ ਦਰਸ਼ਨ ਕੀਤੇ ਫੇਰ ਸਾਨੂੰ ਇਸ ਗੱਲ ਦਾ ਜਾਨੀ ਪਰਤਖ ਪਤਾ ਲੱਗ ਗਿਆ ਕਿ ਭਿੰਨ-ਭਿੰਨ ਸਭੂ ਕਰ ਜਾਨਾ ਇੱਕ ਰੂਪ ਕਿਨਹੂ ਪਹਿਚਾਨਣਾ ਕਹਿੰਦੇ ਵੀ ਲੱਗ ਲੱਗਦਾ ਕਿ ਜਿਹੜੇ ਸਾਰੇ ਜਾਣਦੇ ਆ ਕਿ ਆ ਪਹਿਲੀ ਪਾਸ਼ਾਈ ਦੂਸਰੀ ਆ ਪਰ ਇੱਕੋ ਹੀ ਰੂਪ ਜਿਹੜਾ ਹੈਗਾ ਉਹ ਤਾਂ ਕਹਿੰਦੇ ਕੋਈ ਬਿਰਲੇ ਪੱਗਾਂ ਵਾਲਾ ਜਾਣਦਾ ਤੇ ਉਹ ਰੂਪ ਕਿਹੜਾ ਹੈਗਾ ਉਹ ਜਿਹੜਾ ਹੈ ਉਹ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਕਹਿੰਦੇ ਇਹ ਜਿਹੜਾ ਜੋਤ ਰੂਪ ਆ ਬਾਬੇ ਨਾਨਕ ਦਾ ਦਸਾਂ ਪਾਸ਼ਾ ਇਹਦਾ ਉਹ ਕਿਸੇ ਬਿਰਲੇ ਪੱਗਾਂ ਵਾਲੇ ਨੂੰ ਪ੍ਰਾਪਤ ਹੁੰਦਾ ਸੋ ਇਹ ਜਿਹੜੀ ਘਟਨਾ ਸੀਗੇ ਇਹ ਭਾਈ ਬਦਾਵਾ ਸਿੰਘ ਦੇ ਗ੍ਰਹਿ ਦੇ ਵਿੱਚ ਹੋਈ ਆ ਕਿਉਂਕਿ ਉਹਨਾਂ ਦੇ ਘਰ ਦੇ ਵਿੱਚ ਜਿਹੜਾ ਸੀ ਨਾ ਉਹਨਾਂ ਨੇ ਧੰਗੁਰਗ੍ਰਾਮ ਸਾਹਿਬ ਦਾ ਪ੍ਰਕਾਸ਼ ਰੱਖਿਆ ਸੀਗਾ ਤੇ ਮਹਾਪੁਰਖਾਂ ਦੇ ਨਿਕਲੇ ਸੰਕਲਪ ਨੂੰ ਪੂਰਾ ਕਰਨ ਵਾਸਤੇ ਇਹ ਜਿਹੜੀ ਖੇਡ ਅਗੰਮੀ ਖੇਡ ਸੀ ਇਹ ਪਰਮੇਸ਼ਰ ਨੇ ਬਾਬਾ ਹਰਨਾਮ ਸਿੰਘ ਦੇ ਅੱਗੇ ਜਿਹੜੀ ਸੀ ਇਹ ਵਰਤਾਈ ਸੀ ਸੋ ਇੱਕ ਵਾਰ ਕੀ ਹੋਇਆ ਕਿ ਮਹਾਪੁਰਖ ਜਦੋਂ ਸਰਗੋਦੇ ਰਹਿੰਦੇ ਸੀਗੇ ਤਕਰੀਬਨ 29 ਸਾਲ ਹਨ ਸਰਗੋਦੇ ਦੀ ਧਰਤੀ ਤੇ ਰਹੇ ਬਾਬਾ ਹਰਨਾਮ ਸਿੰਘ ਜਦੋਂ 29 ਸਾਲ ਰਹਿਤ ਉੱਥੇ ਹਨ ਡਟ ਕੇ ਖੇਤੀ ਕੀਤੀ ਆ ਤੇ ਦੇਖੋ ਜਿੱਥੇ 29 ਸਾਲ ਜੈਸਾ ਖੇਤਾਂ ਦੇ ਵਿੱਚ ਕੰਮ ਕੀਤਾ ਉਸ ਜ਼ਮੀਨ ਦੇ ਨਾਲ ਪਿਆਰ ਪੈਣਾ ਜਿਹੜਾ ਹਨ ਕੁਦਰਤੀ ਆ ਤੇ ਬਾਬਾ ਹਰਨਾਮ ਸਿੰਘ ਹੁਣ ਜਿਹੜੇ ਸੀਗੇ ਖਾਸ ਕਰਕੇ ਜਿੱਥੇ ਆਪਣੇ ਭਰਾਵਾਂ ਦੇ ਨਾਲ ਹੱਥ ਪਟਾ ਦਿੰਦੇ ਸੀ ਉੱਥੇ ਆਪਣਾ ਜਿਹੜਾ ਜ਼ਿਆਦਾ ਟਾਈਮ ਸੀਗਾ ਉਹਨੂੰ ਭਜਨ ਸਿਮਰਨ ਦੇ ਵਿੱਚ ਬਤੀਤ ਕਰਦੇ ਹੁੰਦੇ ਸੀ ਇੱਕ ਵਾਰ ਇਹਨਾ ਮਹਾਂਪੁਰਖ ਇਸ ਤਰ੍ਹਾਂ ਬੈਠੇ ਸੀਗੇ ਬਾਬਾ ਹਰਨਾਮ ਸਿੰਘ ਤੇ ਉਹਨਾਂ ਨੇ ਇੱਕ ਹਨ ਭਜਨ ਸਿਮਰਨ ਦੇ ਦੌਰਾਨ ਇੱਕ ਹਨ ਦ੍ਰਿਸ਼ ਦੇਖਿਆ ਉਹ ਦ੍ਰਿਸ਼ ਕੀ ਦੇਖਿਆ ਕਿ ਇਸੇ ਹੀ ਧਰਤੀ ਦੇ ਉੱਤੇ ਬੜੀ ਹਨ ਕਟਾਬਲ ਹੋ ਰਹੀ ਆ ਇਸ ਕਟਾਬਾਦ ਦੇ ਵਿੱਚ ਜੜੀਆਂ ਨੇ ਬੜੀਆਂ ਚੀਕਾਂ ਨਾਰੇ ਸੁਣ ਰਿਆ ਆ ਇਧਰਲੇ ਜਿਹੜੇ ਲੋਕ ਆ ਸਰਗੋਦੇ ਟਾਈਪ ਦੇ ਉਹ ਜਿਹੜਾ ਹੈਗੇ ਆ ਉਹ ਦੂਸਰੇ ਪਾਸੇ ਭੱਜ ਰਹੇ ਆ ਤੇ ਦੂਸਰੇ ਜਿਹੜੇ ਲੋਕ ਪੰਜਾਬ ਤੋਂ ਉਹ ਜਿਹੜੇ ਹੈਗੇ ਇਸ ਨੂੰ ਭੱਜ ਰਹੇ ਆ ਭਾਵ ਕਿ ਪੂਰਬੀ ਪੱਛਮੀ ਪੰਜਾਬ ਦੇ ਵਿੱਚ ਬੜੀ ਕਟਾਬਦ ਹੋ ਰਹੀ ਤੇ ਸਾਰੀ ਧਰਤੀ ਖੂਨ ਦੇ ਨਾਲ ਰੰਗੀ ਜਾ ਰਹੀ ਆ ਜਦ ਇਹ ਦ੍ਰਿਸ਼ ਬਾਬਰ ਨਾਮ ਸੁਹਣਾ ਨੇ ਧੱਕਿਆ ਹਣਾ ਤਾਂ ਬਾਬਰ ਨਾਮ ਸੁਹਣਾ ਜੱਕਦਾਂ ਕੰਮਣੀ ਛੜ ਗਈ। ਜੱਕਦਮ ਸੁਰਤ ਬਾਹਰ ਆਈ ਤਾਂ ਦੇਖ ਕੇ ਬੜੇ ਹੈਰਾਨ ਹੋਏ ਕਿ ਅੱਜ ਇਹ ਅਕਾਲ ਪੁਰਖ ਨੇ ਮੈਨੂੰ ਕੀ ਦਿਖਾਤਾ ਹੈਗਾ। ਤੇ ਬਾਬਰ ਨਾਮ ਸੁਹਣ ਕਹਿੰਦੇ ਅਸੀਂ ਸੋਚਣ ਲੱਗ ਪਏ ਸੋਚਣ ਲੱਗ ਪਏ ਤਾਂ ਸਾਨੂੰ ਕਹਿੰਦੇ ਬਾਬਰ ਬਾਣੀ ਦਾ ਸ਼ਬਦ ਸਾਡੀਆਂ ਅੱਖਾਂ ਦੇ ਮੇਰੇ ਸਾਹਮਣੇ ਆ ਗਿਆ ਕਿ ਖੁਰਾ ਹਸਾਨ ਖੁਸਮਾਨਾ ਕੀਆ ਹਿੰਦੁਸਤਾਨ ਡਰਾਇਆ। ਕਹਿੰਦੇ ਵੀ ਸਾਨੂੰ ਪਤਾ ਲੱਗਾ ਕਿ ਕਿਵੇਂ ਜਦੋਂ ਭਰਾਮਾ ਭਰਾਮਾ ਦਾਫ ਵਿੱਚ ਪਿਆਰ ਸੀਗਾ। ਪਰਦੇਸ਼ ਦੀ ਬੰਡ ਨੂੰ ਲੈ ਕੇ ਜਿਹੜੇ ਹਨ ਇੰਨੇ ਝਗੜੇ ਹੋਏ ਖੂਨ ਦੇ ਖਰਾਬੇ ਹੋਏ ਆ ਕਿ ਸਾਰੇ ਰਿਸ਼ਤੇ ਜਿਹੜੇ ਸੀ ਉਹ ਸਾਰੇ ਖਤਮ ਹੋ ਗਏ ਪ੍ਰੇਮ ਪਿਆਰ ਜਿਹੜਾ ਸੀ ਉਹ ਖੰਭ ਲਾ ਕੇ ਉੱਡ ਗਿਆ ਨਫ਼ਰਤ ਪੈਦਾ ਹੋ ਗਈ ਇੱਕ ਦੂਜੇ ਦੇ ਲੋਕੀ ਜਿਹੜੇ ਸੀ ਉਹ ਉਹ ਜਾਨ ਦੇ ਦੁਸ਼ਮਣ ਬਣ ਗਏ ਇਸ ਤਰ੍ਹਾਂ ਨਾ ਬਾਬਾ ਹਰਨਾਮ ਸਿੰਘ ਹੋਣੀ ਫਿਰ ਦੋ ਕੁ ਦਿਨ ਚੁੱਪ ਰਹਿ ਜਾਂ ਦੋ ਕੁ ਦਿਨ ਚੁੱਪ ਰਹਿ ਤੇ ਇਹਨਾਂ ਦਾ ਜਿਹੜਾ ਵੱਡਾ ਭਰਾ ਸੀ ਭਾਈ ਤਾਰਾ ਸਿੰਘ ਉਹਨਾਂ ਨੇ ਹੈ ਨਾ ਬਾਬਾ ਹਰਨਾਮ ਸਿੰਘ ਦੀ ਇਸ ਅਦਾਸੀ ਦੀ ਤਕਣੀ ਵੱਲ ਦੇਖਿਆ ਤੇ ਉਹਨੇ ਪੁੱਛਿਆ ਕਿ ਕੀ ਗੱਲ ਆ ਦੋ ਕੁ ਦਿਨ ਹੋ ਗਏ ਤੁਸੀਂ ਕਿਸੇ ਨੂੰ ਬੋਲਦੇ ਨਹੀਂ ਤੇ ਫਿਰ ਬਾਬਾ ਹਰਨਾਮ ਸਿੰਘ ਹੁਣਾਂ ਨੇ ਪਹਿਲਾਂ 2-3 ਵਾਰ ਤੇ ਟਾਲਮਟੋਲ ਕੀਤਾ ਪਰ ਜਦੋਂ ਸਰਦਾਰ ਤਾਰਾ ਸਿੰਘ ਹੁਣਾਂ ਨੇ ਹਨਾ ਥੋੜਾ ਜਿਆਦਾ ਜ਼ਿਆਦਾ ਖੜੇ ਪੈ ਕੇ ਪੁੱਛਿਆ ਵੀ ਅਗਰ ਕੋਈ ਗੱਲ ਹੈਗੀ ਤਾਂ ਸਾਡੇ ਨਾਲ ਸਾਂਝੀ ਕਰੋ ਫਿਰ ਹਨਾ ਬਾਬਾ ਹਰਨਾਮ ਸਿੰਘ ਹੁਣਾਂ ਨੇ ਆਪਣੇ ਜਿਹੜੇ ਸਾਰੇ ਭਰਾ ਸੀਗੇ ਸਾਰੇ ਇਕੱਠੇ ਕੀਤੇ ਇਕੱਠੇ ਕੱਢ ਕੇ ਕਹਿਣ ਲੱਗੇ ਕਹਿੰਦੇ ਕਿ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਕਿ ਜਿਹੜੀ ਆ ਸਰਗੋਦੇ ਜਿੱਥੇ ਆਪਾਂ ਹਨਾ ਖੇਤੀ ਕਰਦੇ ਆਂ ਜ਼ਮੀਨ ਦੇ ਵਿੱਚ ਇਹ ਜ਼ਮੀਨ ਲੱਗਦਾ ਕਿ ਆਪਾਂ ਨੂੰ ਹਨਾ ਛੱਡਣੀ ਪੈਣੀ ਜਦ ਇਨੀ ਗੱਲ ਹੋਈ ਤਾਂ ਸਾਰੇ ਭਰਾ ਹੱਕੇ ਵੱਕੇ ਹੋ ਗਏ ਤੇ ਸਾਰੇ ਨੇ ਕੰਨ ਪੁੱਛਿਆ ਵੀ ਇਹ ਜ਼ਮੀਨ ਕਾਹਦੇ ਛੱਡਣੀ ਪਣੀ ਆ ਤੇ ਮਹਾਂਪੁਰਖਾਂ ਨੇ ਕਿਹਾ ਹੈਗਾ ਕਿ ਮੈਂ ਇੱਕ ਐਸਾ ਦ੍ਰਿਸ਼ ਦੇਖਿਆ ਉਸ ਨੰਗ ਕਰਨੇ ਦਿਖਾ ਲਿਆ ਕਿ ਬੜਾ ਖੂਨ ਖਰਾਬਾ ਹੋ ਰਿਹਾ ਬੜੀ ਕਟਾਬਾਦ ਸਰ ਦੀ ਧਰਤੀ ਜਿਹੜੀ ਇਹਨਾਂ ਲਹੂ ਦੇ ਨਾਲ ਰੰਗਲੀ ਹੋਈ ਆ ਤੇ ਇਧਰਲੇ ਲੋਕੀ ਉਧਰ ਭੱਜ ਰਹੇ ਆ ਪੱਛਮੀ ਪੰਜਾਬ ਦੇ ਤੇ ਪੂਰਬੀ ਪੰਜਾਬ ਦੇ ਲੋਕੀ ਇਧਰ ਆਇਆ ਬੜੀ ਕਟਾਬੜ ਹੈ ਜਦ ਇਹ ਸਾਰਾ ਦ੍ਰਿਸ਼ ਜਿਹੜਾ ਸੀਗਾ ਬਬਰ ਨਾਮ ਸੁਣ ਆਪਣੇ ਭਰਾਵਾਂ ਨਾਲ ਸਾਂਝਾ ਕੀਤਾ ਤੇ ਫਿਰ ਇਹਨਾਂ ਦਾ ਜਿਹੜਾ ਛੋਟਾ ਭਰਾ ਸੀ ਉਹ ਬੋਲ ਪਿਆ ਕਹਿਣ ਲੱਗਾ ਕਿੰਨੇ ਵੀ ਹਰਨਾਮ ਸਿੰਘ ਜੀ ਤੁਸੀਂ ਤਾਂ ਜ਼ਮੀਨ ਛੱਡਣ ਦੀ ਗੱਲ ਕਰਦੇ ਆ ਪਰ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਜੱਟ ਤਾਂ ਮਰੇ ਤੋਂ ਬਾਅਦ ਵੀ ਜ਼ਮੀਨ ਨਹੀਂ ਛੱਡਦਾ ਹੈਗਾ ਤੇ ਤੁਸੀਂ ਸਾਨੂੰ ਜਿੰਦਿਆਂ ਜੀ ਜ਼ਮੀਨ ਛਡਾਉਣ ਨੂੰ ਕਰਦੇ ਆ ਉਹਨਾਂ ਦੀ ਗੱਲ ਸੁਣ ਕੇ ਨ ਬਬਰਨਾਮ ਸੁਣੀ ਚੁੱਪ ਕਰ ਗਏ ਤੇ ਨਾਲ ਕਹਿਣ ਲੱਗੇ ਕਿ ਭਾਈ ਮੈਂ ਜੋ ਦੇਖਿਆ ਸੀ ਤੁਹਾਨੂੰ ਦੱਸ ਦਿੰਦਾ ਹੈਗਾ ਬਾਕੀ ਜਿਵੇਂ ਤੁਹਾਡੀ ਮਰਜ਼ੀ ਉਸ ਤਰ੍ਹਾਂ ਕਰ ਲਓ ਇਹ ਸੁਣ ਕੇ ਹਨ ਸਾਰੇ ਬਰਾ ਚੁੱਪ ਕਰ ਗਏ ਪਰ ਸਾਰਿਆਂ ਦੇ ਮਨ ਦੇ ਵਿੱਚ ਇੱਕ ਸਹਿਮਝਾ ਬਣ ਗਿਆ ਕਿ ਹਰਨਾਮਸੂ ਹੁਣੀ ਝੂਠ ਨਹੀਂ ਬੋਲਦੇ ਹੈਗੇ ਜੋ ਉਹਨਾਂ ਨੇ ਆਪਣੇ ਭਜਨ ਸਿਮਨ ਦੇ ਵਿੱਚ ਦੇਖਿਆ ਹਨ ਵਾਕਿਆ ਇਸ ਤਰ੍ਹਾਂ ਹੋਵੇਗਾ ਇਸ ਤਰ੍ਹਾਂ 2-4 ਮਹੀਨੇ ਗੁਜ਼ਰੇ ਤਾਂ ਫਿਰ ਉਹ ਜਿਹੜਾ ਦ੍ਰਿਸ਼ ਸੀਗਾ ਅੱਗੇ ਨਾਲੋਂ ਵੀ ਜ਼ਿਆਦਾ ਹਨਾ ਡਰਾਵਣਾ ਹੋ ਕੇ ਬਾਬਾ ਹਰਨਾਮਸੂ ਉਹਨਾਂ ਦੇ ਭਜਨ ਦੇ ਵਿੱਚ ਜਿਹੜਾ ਸੀਗਾ ਉਹਨਾਂ ਨੂੰ ਦਿਖਾਈ ਦਿੱਤਾ ਜਿਆ ਦਿਖਾਈ ਦਿੱਤਾ ਤੇ ਫਿਰ ਬਾਬਾ ਹਰਨਾਮਸੂ ਉਹਨਾਂ ਨੇ ਆਪਣੇ ਫਿਰ ਸਾਰੇ ਭਰਾ ਇਕੱਠੇ ਕੀਤੇ ਤੇ ਉਹਨਾਂ ਨੂੰ ਇਹ ਗੱਲ ਕਹਿਤੀ ਕਿ ਮੈਂ ਤੁਹਾਡੇ ਨਾਲ ਜਿਹੜੀ ਗੱਲ ਕੀਤੀ ਸੀਗੀ ਕਿ ਇੱਥੇ ਜਿਹੜਾ ਬੜਾ ਖੂਨ ਖਰਾਬਾ ਹੋਊਗਾ ਦੇਸ਼ ਦੇ ਟੋਟੇ ਹੋ ਜਾਣੇ ਆ ਵਟਵਾਰਾ ਹੋ ਜਾਣਾ ਇਸ ਕਰਕੇ ਆਪਾਂ ਨੂੰ ਹਨਾ ਇਹ ਹੁਣ ਜਿਹੜਾ ਸਮਾਂ ਹੈਗਾ ਸੰਭਾਲ ਲੈਣਾ ਚਾਹੀਦਾ ਹੈ ਜਦ ਇੰਨੀ ਗੱਲ ਹੋਈ ਤੇ ਸਾਰੇ ਭਰਾ ਜਿਹੜੇ ਸੀਗੇ ਜਿਹੜੇ ਚੁੱਪ ਕਰ ਗਏ ਤਾਂ ਫਿਰ ਬਾਬਾ ਰਾਮ ਨਾਮ ਸੁਣਾ ਨੇ ਕਿਹਾ ਕਿ ਇਸ ਤਰ੍ਹਾਂ ਕਰੋ ਖਾਸ ਕਰਕੇ ਅਗਰ ਆਪਾਂ ਨੇ ਆਪਣੇ ਮਾਤਾ ਜੀ ਤਾਂ ਬਾਕੀ ਕਰਦੀਆਂ ਜਿੰਨੀਆਂ ਬੀਬੀਆਂ ਹਨ ਇਹਨਾਂ ਸਾਰਿਆਂ ਨੂੰ ਆਪਾਂ ਹਨਾ ਪੂਰਬੀ ਪੰਜਾਬ ਛੱਡਿਆ ਜੀ ਜਦ ਇੰਨੀ ਗੱਲ ਹੋਈ ਤਾਂ ਇਹਨਾਂ ਦੀ ਜਿਹੜੀ ਸੀਗੀ ਗੱਲਬਾਤ ਨੂੰ ਸਾਰੇ ਭਰਾਵਾਂ ਨੇ ਹਣੇ ਬੜੇ ਗੋਹ ਦੇ ਨਾਲ ਲਿਆ ਤੇ ਫਿਰ ਵੱਡੇ ਭਰਾ ਸਰਦਾਰ ਤਾਰਾ ਸਿੰਘ ਉਹਨਾਂ ਨੇ ਕਿਹਾ ਤਾਂ ਵੀ ਚਲੋ ਠੀਕ ਐ ਅਸੀਂ ਜਿੰਨਾ ਵੀ ਲੋੜੀਂਦਾ ਸਮਾਨ ਐ ਇੱਕ ਗੱਡੇ 'ਚ ਰੱਖ ਲੈਂਦੇ ਆ ਤੇ ਦੂਜਾ ਜਿਹੜਾ ਗੱਡਾ ਹਨਾ ਉਹ ਪੂਰਬੀ ਪੰਜਾਬ ਨੂੰ ਪਾ ਲੈਂਦੇ ਆ ਤੇ ਆਪਣੀ ਮਾਤਾ ਜੀ ਤੇ ਬਾਪੂ ਬਾਕੀ ਜਿੰਨੀਆਂ ਬੀਬੀਆਂ ਹਨ ਉਹ ਸਾਰੀਆਂ ਨੂੰ ਪਹਿਲਾਂ ਪਹਿਲਾਂ ਆਪਾਂ ਇਧਰ ਭੇਜ ਦਿੰਦੇ ਆ ਦੇਖੋ ਇੱਕ ਗੱਡੇ 'ਚ ਸਮਾਨ ਲੱਦੇ ਆ ਦੂਸਰੇ ਵਿੱਚ ਸਾਰਾ ਪਰਿਵਾਰ ਬੈਠਾ ਤੇ ਇਹ ਜਿਹੜੇ ਸੀ ਫਿਕਰ ਦੇ ਕਰਦੇ ਕਰਦੇ ਵਾਟ ਤੈਅ ਕਰਦੇ ਹਨਾ ਬੜੇ ਆਰਾਮ ਦੇ ਨਾਲ ਪਿੰਡ ਧੁੱਗ ਗਿਆ ਜਦ ਪਿੰਡ ਧੁੱਗ ਗਿਆ ਇੱਥੇ ਫਿਰ ਮਾਤਾ ਜੀ ਜਿਹੜੇ ਸੀ ਕੁਛ ਦਿਨ ਰਹੇ ਆ ਤੇ ਬਾਕੀ ਪਰਿਵਾਰ ਵੀ ਰਿਹਾ ਪਰ ਸਰਦਾ ਤਾਰਾ ਸਿੰਘ ਹਨਾ ਵਾਪਸ ਜਿਹੜਾ ਸਗਾ ਫੇਸ ਸਰਗੋਦੇ ਮੁੜ ਗਿਆ ਜਦ ਸਰਗੋਦੇ ਮੁੜਿਆ ਹੈਗਾ ਤੇ ਫਿਰ ਕੁਦਰਤੀ ਇੱਕ ਪ੍ਰੇਮੀ ਆਇਆ ਉਹਨੇ ਫਿਰ ਦੱਸਿਆ ਆ ਕੇ ਬਈ ਰਾਜਸਥਾਨ ਦੇ ਵਿੱਚ ਹਨਾ ਜ਼ਮੀਨ ਜਿਹੜੀ ਉਹ ਸਸਤੀ ਮਿਲਦੀ ਹੈਗੀ ਤੇ ਇਹ ਜਿਹੜੀ ਜ਼ਮੀਨ ਹੈ ਇਹ ਬਾੜੀ ਸ਼ਹਿਰ ਦੇ ਲਾਗੇ ਹੈ ਤੇ ਜੇ ਤੁਸੀਂ ਕਹੋ ਤੇ ਉੱਥੋਂ ਜ਼ਮੀਨ ਖਰੀਦ ਸਕਦੇ ਆ ਸੋ ਉਹਦੀ ਗੱਲ ਜਿਹੜੀ ਹਨ ਸਾਰੇ ਭਰਾਵਾਂ ਨੂੰ ਬੜੀ ਵਧੀਆ ਲੱਗੀ ਤੇ ਬਾਬਾ ਜੀ ਨੇ ਵੀ ਹਮੇ ਭਰ ਦਿੱਤੀ ਕਿ ਅਗਰ ਚੰਗੀ ਜ਼ਮੀਨ ਉੱਥੇ ਮਿਲਦੀ ਆ ਤੇ ਆਪਾਂ ਫਿਰ ਇਸ ਤਰ੍ਹਾਂ ਕਰਦੇ ਆਂ ਥੋੜੀ ਜਿਹੀ ਜ਼ਮੀਨ ਇੱਥੋਂ ਵੇਚ ਕੇ ਉੱਥੇ ਲੈ ਲੈ ਲੈਂਦੇ ਆਂ ਰਾਜਸਥਾਨ ਦੇ ਵਿੱਚ ਫਿਰ ਜਿਹੜੇ ਸੀਗੇ ਇਹ ਸਰਦਾ ਤਾਰਾ ਸਿੰਘ ਦੀ ਹੋਰ ਸਾਰੇ ਪਰਿਵਾਰ ਦੇ ਮੈਂਬਰ ਜਿਹੜੇ ਸੀਗੇ ਉਹ ਰਾਜਸਥਾਨ ਚਲੇ ਗਏ ਜ਼ਮੀਨ ਦੇਖਣ ਵਾਸਤੇ ਉੱਥੇ ਪਿੰਡ ਕਰੂਰੇ ਹਨ ਇਹਨਾਂ ਨੇ ਫਿਰ ਉਹਨਾਂ ਟਾਈਮਾਂ ਦੇ ਵਿੱਚ 2 ਬਿਗੇ ਜ਼ਮੀਨ ਖਰੀਦ ਲਈ ਜਦ 2 ਬਿਗੇ ਜ਼ਮੀਨ ਖਰੀਦੀ ਉਤੋਂ ਬਾਅਦ ਫਿਰ ਬਾਫਸ ਫਿਰ ਸਰਗੋਧੇ ਆਲੇ ਜਦ ਸਰਗੋਧੇ ਆਏ ਇੱਥੇ ਸਾਰੇ ਭਰਾਵਾਂ ਨੇ ਬਾਬਾ ਨੂੰ ਸੁਣਨ ਬੇਨਤੀ ਕੀਤੀ ਕਿ ਅਸੀਂ ਤੁਹਾਨੂੰ ਕੰਮ ਤਾਂ ਕਹਿ ਨਹੀਂ ਸਕਦੇ ਕੋਈ ਪਰ ਅਸੀਂ ਸਾਡੀ ਮਜਬੂਰੀ ਆ ਕਿ ਅਸੀਂ ਤੁਹਾਡੇ ਮੋਹਰੇ ਇੱਕ ਬੇਨਤੀ ਕਰਨੀ ਆ ਤੇ ਬਾਬਾ ਰਾਮ ਸਿੰਘ ਨੇ ਕਹਦੇ ਦੱਸੋ ਕੀ ਗੱਲ ਉਹ ਕਹਿਣ ਲੱਗੇ ਵੀ ਜਿਹੜੀ ਰਾਜਸਥਾਨ ਦੇ ਵਿੱਚ ਜ਼ਮੀਨ ਆਪਾਂ ਖਰੀਦੀ ਆ ਨਵੇਂ ਅਗਰ ਤੁਸੀਂ ਉੱਥੇ ਚਲੇ ਜਾਓ ਤੇ ਮੇਰਾ ਖਿਆਲ ਆ ਕਿ ਉੱਥੇ ਬਹੁਤ ਵਧੀਆ ਹੋਊ ਇੱਕ ਤਾਂ ਜ਼ਮੀਨ ਦੀ ਰਾਖੀ ਹੋ ਜੂਗੀ ਤੇ ਦੂਸਰਾ ਤੁਸੀਂ ਉੱਥੇ ਭਜਨ ਸਿਮਰਨ ਵੀ ਆਪਣਾ ਬੜੇ ਆਰਾਮ ਨਾਲ ਕਰ ਸਕਦੇ ਆ ਤੇ ਅਸੀਂ ਤੁਹਾਨੂੰ ਉੱਥੇ ਇੱਕ ਖੁੱਲਾ ਕਮਰਾ ਬਣਾ ਦਿੰਦੇ ਆ ਸੋ ਇਸ ਤਰ੍ਹਾਂ ਜਿਹੜੀ ਸੁਲਾਸੀ ਭਰਾਵਾਂ ਨੇ ਬੱਬਰ ਨਾਮ ਸੁਹਣਾ ਦੱਸੀ ਤੇ ਬੱਬਰ ਨਾਮ ਸੁਹਣਾ ਨੇ 7 ਵਜੇ ਨਾਲ ਆਖ ਦਿੱਤਾ ਤੇ ਜਦੋਂ 7 ਵਜੇ ਨਾਲ ਆਖ ਦਿੱਤਾ ਤੇ ਸਰਦਾਰ ਤਾਰਾ ਸਿੰਘ ਤੇ ਇਹਨਾਂ ਨੇ ਜਾ ਕੇ ਹਨਾ ਉੱਥੇ ਰਾਜਸਥਾਨ ਜਿਹੜੀ ਜ਼ਮੀਨ ਗਰੂਰੇ ਪਿੰਡ ਲਈ ਸੀਗੀ ਉੱਥੋਂ ਜ਼ਮੀਨ ਦੇ ਨਾਲ ਦੀ ਇੱਕ ਨਾਲਾ ਵਗਦਾ ਸੀ ਛੋਟਾ ਜਿਹਾ ਉਹ ਨਾਲੇ ਦੇ ਕੰਡੇ ਤੇ ਥੋੜਾ ਜਿਹਾ ਹੁਰਲੇ ਪਾਸੇ ਹਨ ਇਹਨਾਂ ਨੇ ਇੱਕ ਦੋ ਤਿੰਨ ਖਾਣੇ ਦਾ ਕਮਰਾ ਬੱਬਰ ਨਾਮ ਸੁਹਣਾ ਲਈ ਬਣਾਤਾ ਤੇ ਬੱਬਰ ਨਾਮ ਸੁਹਣੀ ਜਿਹੜੀ ਸੀ ਫਿਰ ਰਾਜਸਥਾਨ ਚਲੇ ਗਏ ਜਾਂ ਰਾਜਸਥਾਨ ਚਲੇ ਗਏ ਤੇ ਇਹ ਤਿੰਨੇ ਭਰਾ ਵਾਪਸ ਫੇਸਰਗੋਦੇ ਆ ਗਏ ਤੇ ਬਾਬਾ ਜਿੱਥੇ ਦੱਸਦੇ ਸੀ ਕਿ ਜਦੋਂ ਅਸੀਂ ਉੱਥੇ ਬੈਠੇ ਆਂ ਉੱਥੋਂ ਬੈਠ ਤੋਂ ਬਾਅਦ ਹਨਾ ਫਿਰ ਅਸੀਂ ਉੱਥੇ ਸਾਰੀ ਰਾਤ ਭਜਨ ਸਿਮਰਨ ਕਰਨਾ ਉਸ ਕਮਰੇ ਤੋਂ ਬਾਹਰ ਬੈਠ ਕੇ ਭਜਨ ਸਿਮਰਨ ਕਰਕੇ ਫਿਰ ਅਸੀਂ ਆਪਣਾ ਨਿਤਨੇਮ ਕਰਨਾ ਨਿਤਨੇਮ ਕਰਕੇ ਫਿਰ ਉੱਥੇ ਜਿਹੜਾ ਸੀ ਕਰੂਰੇ ਪਿੰਡ ਉੱਥੇ ਕਿਉਂਕਿ ਖਾਸ ਕਰਕੇ ਥੋੜਾ ਜਿਹੜੇ ਪੰਜਾਬੀ ਲੋਕੀ ਸੀਗੇ ਜਿਹੜਾ ਨੇ ਜ਼ਮੀਨਾਂ ਲਈਆਂ ਸੀਗਾ ਉਹਨਾਂ ਦੀ ਆਬਾਦੀ ਥੋੜੀ ਜਿਆਦਾ ਸੀਗੀ ਇਸ ਕਰਕੇ ਉਹਨੇ ਗੁਰਦੁਆਰਾ ਸਾਹਿਬ ਵੀ ਬਣਾਇਆ ਸੀ ਉੱਥੇ ਕਹਿੰਦੇ ਅਸੀਂ ਗੁਰਦੁਆਰੇ ਸਾਹਿਬ ਚਲੇ ਜਣਾਂ ਤਾਂ ਫਿਰ ਧੰਨ ਗੁਰਗ੍ਰੰਥ ਸਾਹਿਬ ਦੇ ਦਰਸ਼ਨ ਕਰਨੇ ਉੱਥੇ ਦਰਸ਼ਨ ਕਰਕੇ ਫੇਰ ਕਹਿੰਦੇ ਅਸੀਂ ਵਾਪਸ ਜਿਹੜੇ ਸੀ ਆਪਣੀ ਜ਼ਮੀਨ 'ਚ ਆ ਜਾਣਾ ਪਰ ਕਹਿੰਦੇ ਉੱਥੇ ਕੀ ਹੁੰਦਾ ਸੀਗਾ ਕਿ ਉੱਥੇ ਹਨਾ ਨਾਲ ਇੱਕ ਨਦੀ ਪੈਂਦੀ ਹੁੰਦੀ ਸੀ ਜਦ ਨਦੀ ਪੈਂਦੀ ਹੁੰਦੀ ਸੀ ਤਾਂ ਅਸੀਂ ਕੀ ਦੇਖਣਾ ਕਿ ਨਦੀ ਦੇ ਉੱਤੇ ਜਿਹੜੇ ਜੰਗਲੀ ਜਾਨਵਰ ਤਾਂ ਘੁੰਮਦੇ ਸੀਗੇ ਪਰ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਸ਼ੇਰ ਸੀਗਾ ਉਹ ਵੀ ਉਸ ਨਦੀ ਦੇ ਉੱਤੇ ਜਿਹੜਾ ਸੀਗਾ ਉਹ ਰਹਿੰਦਾ ਸੀ ਕਿਉਂਕਿ ਨਾਲ ਹੀ ਉਹਦੀ ਗੋਫਾ ਸੀ ਦਿਨੇ ਉਹ ਜੰਗਲ 'ਚ ਘੁੰਮਦਾ ਰਹਿੰਦਾ ਸੀ ਤਾਂ ਸ਼ਾਮ ਨੂੰ ਜਿਹੜਾ ਅਸੀਂ ਨਦੀ ਤੇ ਆ ਜਾਂਦਾ ਸੀਗਾ ਤੇ ਕਈ ਵਾਰ ਸ਼ੇਰ ਜਿਹੜਾ ਕਹਿੰਦੇ ਸਾਡੇ ਸਾਹਮਣੇ ਜਿਹੜਾ ਸੀ ਸ਼ਿਕਾਰ ਕਰਕੇ ਹਿਰਨਾ ਨੂੰ ਜਿਹੜਾ ਸੀ ਮਾਰ ਕੇ ਖਾ ਜਾਂਦਾ ਸੀਗਾ ਪਰ ਬਾਬਾ ਜੀ ਮੰਜੇ ਤੇ ਬੈਠੇ ਨਾ ਉਹਦੀ ਇਹ ਸਾਰੀ ਜਿਹੜੀ ਸੀ ਖੇਡ ਇਸ ਨੂੰ ਦੇਖਦੇ ਰਹਿੰਦੇ ਸੀ ਉਹ ਸ਼ੇਰ ਵੀ ਨਾ ਕਦੀ ਕਦੀ ਬਾਬਾ ਜੀ ਬਲ ਬੈਠਾ ਬੈਠਾ ਤੱਕਦਾ ਹੁੰਦਾ ਸੀਗਾ ਪਰ ਬਾਬਾ ਜੀ ਬਲ ਕਦੀ ਨਹੀਂ ਆਇਆ ਸੋ ਬਾਬਾ ਜੀ ਨਿਰਪੋ ਹੋ ਕੇ ਨਾ ਫਿਰ ਉੱਥੇ ਜਿਹੜੇ ਜਾਪ ਕਰਦੇ ਰਹੇ ਇਸ ਤਰ੍ਹਾਂ ਕਰਦੇ ਕਰਦੇ ਤਾਂ ਫਿਰ ਉਸ ਕਰੂ ਦੇ ਪਿੰਡ ਦੀ ਜਿਹੜੀ ਸੰਗਤ ਸੀ ਨਗਰ ਸੀ ਉਹਨਾਂ ਨੂੰ ਪਤਾ ਲੱਗਾ ਕਿ ਬੱਬਾ ਹਰਨਾਮਸੋਂ ਹੋਣੀ ਉਹੀ ਮਹਾਂਪੁਰਖ ਆ ਜਿਹੜੇ ਸਰਗੋਦੇ ਰਹਿੰਦੇ ਤੇ ਜਿਨ੍ਹਾਂ ਦੀ ਉੱਥੇ ਹੈ ਨਾ ਮਾਨਤਾ ਬੜੀ ਦੁਨੀਆ ਨਾਲੋਂ ਬੜਾ ਸਤਿਕਾਰ ਕਰਦੇ ਆ ਤੇ ਫਿਰ ਬਾਬਾ ਰਾਮ ਸਿੰਘ ਉਹਨਾਂ ਨੂੰ ਸੰਗਤ ਨੇ ਕਹਿਤਾ ਕਿ ਤੁਸੀਂ ਗੁਰਦਰ ਸਾਹਿਬ ਜੋਂ ਆਉਂਦੇ ਆ ਤੇ ਸਾਨੂੰ ਉਹਨਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸ਼ਬਦਾਂ ਦੀ ਕਥਾ ਕਰਕੇ ਸੁਣਾਇਆ ਕਰੋ ਪਰ ਦੇਖੋ ਉਹ ਬਬਹਰ ਨਾਮ ਸੋ ਹੋਣਾ ਨੇ ਹੈ ਨਾ ਜਦੋਂ ਕੋਈ ਸ਼ਬਦ ਪੜ੍ਹਨਾ ਹੈਗਾ ਉਹਦੀ ਕਥਾ ਕਰਕੇ ਸੰਗਤ ਨੂੰ ਸੁਣਾਉਣੀ ਔਰ ਖਾਸ ਕਰਕੇ ਕਥਾ ਤੋਂ ਬਾਅਦ ਇਹ ਵੀ ਗੱਲ ਆਖਣੀ ਕਿ ਤੁਸੀਂ ਹੈ ਨਾ ਮੀਟ ਤੇ ਸ਼ਰਾਬ ਜਿਹੜੀ ਹੈ ਇਹਦਾ ਸੇਵਨ ਕਰਨਾ ਬੰਦ ਕਰ ਦੇ। ਕਿਉਂਕਿ ਚੀਜ਼ਾਂ ਜਿਹੜੀ ਹੈ ਨਾ ਸਿਹਤ ਵਾਸਤੇ ਨੁਕਸਾਨਦਾਰ ਨੇ ਬੁੱਧੀ ਨੂੰ ਵਿਗਾੜਦੀਆਂ। ਕਿਉਂਕਿ ਉਸ ਟਾਈਮ ਕਰੋਰੇ ਦੇ ਵਿੱਚ ਜਿਹੜੇ ਲੋਕੀ ਸੀਗੇ ਇੱਕ ਜੰਗਲ ਹੋਣ ਕਰਕੇ ਸ਼ਿਕਾਰ ਕਰਕੇ ਜਿਆਦਾ ਮਾਸ ਜਿਹੜਾ ਸਗਾ ਉਹ ਵਰਤਦੇ ਹੁੰਦੇ ਸੀ ਘਰਾਂ ਦੇ ਵਿੱਚ ਖਾਂਦੇ ਹੁੰਦੇ ਸੀ ਤੇ ਦੂਸਰਾ ਕਿਸ ਸੀ ਉੱਥੇ ਆਮ ਹੀ ਹਨ ਜਿਹੜੀਆਂ ਦੇਸੀ ਪੱਟੀਆਂ ਹੈਗੀਆਂ ਸ਼ਰਾਬ ਦੀਆਂ ਕੱਢ ਕੇ ਲੋਕੀ ਪੀਣ ਦੇ ਜਿਆਦਾ ਸ਼ਕੀਨ ਸੀ ਪਰ ਬਾਬਾ ਜੀ ਦੇ ਸੰਗਤ ਦੇ ਨਾਲ ਹਨ ਸੰਗਤ ਦੇ ਵਿੱਚ ਕਾਫੀ ਉਤਸ਼ਾਹ ਬਣ ਗਿਆ ਕਿਉਂਕਿ ਸੰਗਤ ਦਾ ਬੜਾ ਸਰ ਹੋਇਆ ਫਿਰ ਦੇਖੋ ਸੰਗਤ ਦੇ ਸਹਿਯੋਗ ਦੇ ਨਾਲ ਤੇ ਬਾਬਾ ਜੀ ਨੇ ਉੱਥੇ ਫਿਰ ਪੰਜਾਬ ਦੇ ਵਿੱਚੋਂ ਚਿੱਠੀ ਭੇਜੀ ਤਾਂ ਪੰਜ ਪਿਆਰੇ ਸਦੇ ਇਹ ਤਾਂ ਪੰਜ ਪਿਆਰੇ ਪਿੰਡ ਕਰੂਰੇ ਆਏ ਆ ਤੇ ਬਾਬਾ ਜੀ ਨੇ ਫਿਰ ਉਸ ਟਾਈਮ ਸਾਰੇ ਨਗਰ ਦੇ ਜਿੰਨੇ ਆਦਮੀ ਸੀ ਉਹਨਾਂ ਨੇ ਦੱਸਿਆ ਕਿ ਪੰਜ ਪਿਆਰੇ ਜਿਹੜੇ ਹੈਗੇ ਉਹ ਇੱਥੇ ਪਹੁੰਚ ਗਏ ਆ ਤੇ ਜਿਨ੍ਹਾਂ ਨੇ ਭਾਈ ਕਲਗੀਧਰ ਮਹਾਰਾਜ ਦੀ ਪ੍ਰਸੰਤਾ ਲੈਣੀ ਆ ਤੇ ਉਹਨਾਂ ਨੇ ਅਮਰ ਛਕਣਾ ਹੈਗਾ ਤੇ ਉਹ ਏਨੇ ਵਜੇ ਜਿਹੜੇ ਹਨ ਇਸ ਟਾਈਮ ਤੇ ਨੀਅਤ ਤੇ ਕਿਸੇ ਇਸ਼ਨਾਨ ਕਰਕੇ ਜਿਹੜੇ ਇੱਥੇ ਪਹੁੰਚ ਔਰ ਨਵੇਂ ਵਸਤਰ ਪਾ ਕੇ ਫਿਰ ਉਸ ਟਾਈਮ ਜਦੋਂ ਅਮਰ ਛਕਣਾ ਸੀਗਾ ਉਸੇ ਕਰੂਰੇ ਪਿੰਡ ਦੇ ਵਿੱਚ ਫਿਰ 20 ਜਿਹੜੇ ਸਿੰਘ ਸੀਗੇ ਸਿੰਘ ਸਿਗਣੀਆਂ ਉਹ ਤਿਆਰ ਬਰ ਤਿਆਰ ਫਿਰ ਜਿਨ੍ਹਾਂ ਦੀ ਗਿਣਤੀ ਉਹਨਾਂ ਟਾਈਮ ਵਿੱਚ 20 ਸਹੀ ਸਾਰੇ ਜੇ ਬੀਹਾਂ ਨੇ ਫਿਰ ਅਮਰ ਸ਼ਕਿਆ ਸੀ ਬਾਬਾ ਜੀ ਤੋਂ ਜਦ ਅਮਰ ਸ਼ਕਿਆ ਤੇ ਉਸ ਤੋਂ ਬਾਅਦ ਜਿਹੜੇ ਪੰਜ ਪਿਆਰੇ ਸੀਗੇ ਉਹ ਬਾਸ ਫਿਰ ਪੰਜਾਬ ਆ ਗਏ ਪਰ ਉਹਨਾਂ ਬੀਹਾਂ ਦੀ ਬਦੌਲਤ ਐਸਾ ਜਿਹੜਾ ਉੱਥੇ ਬੂਟਾ ਲਗਾ ਮਰਦਾ ਕਿ ਸੰਗਤ ਜਿਹੜੀ ਸੀ ਆਲਵਲੇ ਨਗਰ ਦੀ ਵੀ ਜਿਹੜੀ ਹੋਰਾਂ ਪਿੰਡਾਂ ਦੀ ਉਹ ਵੀ ਹੋਣੀ ਸ਼ੁਰੂ ਕੀਤੀ ਤੇ ਉਹ ਫਿਰ ਇਉਂ ਕਹ ਲਓ ਕਿ ਜਿਵੇਂ ਜੰਗਲ ਦੇ ਵਿੱਚ ਮੰਗਲ ਲੱਗਿਆ ਹੁੰਦਾ ਉੱਥੇ ਬਾਬਾ ਜੀ ਨੇ ਕਥਾ ਵਿਚਾਰ ਕਰਨੀ ਸੰਗਰਾਂਦ ਦੇ ਉੱਤੇ ਜਿਹੜਾ ਮਹੀਨੇ ਦਾ ਨਾਮ ਲੈਣਾ ਤੇ ਉਹਦੀ ਵੀ ਕਥਾ ਵਿਚਾਰ ਸੰਗਤਾਂ ਨੂੰ ਕਰਕੇ ਸੁਣਾਉਣੀ ਇਸ ਤਰ੍ਹਾਂ ਹੌਲੀ-ਹੌਲੀ ਉਹ ਇਲਾਕੇ ਦੇ ਬੱਚੇ ਨਾਲ ਲੋਕੀ ਜਿਹੜੇ ਸੀ ਉਹ ਸ਼ਰਾਬ ਪੀਣੋਂ हट ਗਏ ਤੇ ਸਿੱਖੀ ਦੇ ਨਾਲ ਜਿਹੜੇ ਉਹ ਜੋੜਦੇ ਗਏ ਤੇ ਲੋਕਾਂ ਨੇ ਮੀਟ ਸ਼ਰਾਬ ਦਾ ਤਕਰੀਬਨ ਤਕਰੀਬਨ ਉਹਨਾਂ ਸਮਿਆਂ ਦੇ ਵਿੱਚ ਫਿਰ ਤਿਆਗ ਕਰ ਦਿੱਤਾ ਸੀਗਾ ਤੇ ਇਸ ਤਰ੍ਹਾਂ ਨਾ ਬਾਬਾ ਜੀ ਨੇ ਹੌਲੀ-ਹੌਲੀ ਕਰਕੇ ਫਿਰ ਜਿਹੜਾ ਸੀ ਫਿਰ ਪੰਜ ਪਿਆਰੇ ਸੱਦੇ ਤੇ ਜਿੱਥੇ 20 ਬੰਦੇ ਜਿਹਨਾਂ ਨੇ ਅਮਰ ਸ਼ਹਾ ਕਹਿ ਸਕਾ ਹੌਲੀ-ਹੌਲੀ ਇਹਨਾਂ ਦੀ ਗਿਣਤੀ ਜਿਹੜੀ ਵੱਧ ਗਈ ਤੇ ਉਥੇ ਜਿੰਨੇ ਵੀ ਖਾਸ ਕਰਕੇ ਪੰਜਾਬੀ ਪਰਿਵਾਰ ਸੀ ਹਨਾ ਉਹ ਅੰਮ੍ਰਿਤਸਰ ਆ ਕੇ ਜਿਹੜੇ ਸੀਗੇ ਉਹ ਕੱਲ੍ਹ ਕੀ ਤੁਹਾਨੂੰ ਮਰ ਦੀ ਖੁਸ਼ੀਆਂ ਦੇ ਪਾਤਰ ਬਣੇ ਸੋ ਦਾਸ ਇੰਨੇ ਹੀ ਬਚਨ ਕਰਦਾ ਹੋਇਆ ਖਿਮਾ ਦਾ ਜਾਚਕ ਹੈ ਜੀ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੀਂ ਸੋ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ